ਜੋਗਿੰਦਰ ਸਿੰਘ ਗੁੱਜਰ ਜੋ ਕਿ ਇਟਲੀ ਤੋਂ ਭਾਰਤ ਫਰਵਰੀ ਮਹੀਨੇ ਵਿੱਚ ਆਇਆ ਸੀ ਉਸ ਨੂੰ ਭਾਰਤ ਸਰਕਾਰ ਨੇ ਸਿੰਘਸ ਫਾਰ ਜਸਟਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਪੰਜਾਬ ਰੈਫਰੈਂਡਮ 2020 ਵੱਲੋਂ ਇਟਲੀ ਵਿੱਚ ਸਹਿਯੋਗ ਦੇਣ ਕਾਰਨ ਗ੍ਰਿਫਤਾਰ ਕਰ ਲਿਆ। ਜੋਗਿੰਦਰ ਸਿੰਘ ਜੋ ਕਿ ਤਕਰੀਬਨ 20 ਸਾਲ ਤੋਂ ਇਟਲੀ ਵਿੱਚ ਰਹਿ ਰਿਹਾ ਹੈ ਉਸ ਦੇ ਸਪੁੱਤਰ ਨੇ ਬਰੇਸ਼ੀਆ ਦੇ ਤਕਰੀਬਨ 5 ਗੁਰੂ ਘਰਾਂ ਦੀਆਂ ਕਮੇਟੀਆਂ ਦੇ ਨਾਲ ਭਾਰਤੀ ਐਮਬੈਸੀ ਮਿਲਾਨ ਕੌਂਸਲੇਟ ਵਿਖੇ ਕੌਂਸਲ ਜਨਰਲ ਸਾਹਿਬ ਨੂੰ ਜੋਗਿੰਦਰ ਸਿੰਘ ਦੀ ਰਿਹਾਈ ਦੀ ਅਪੀਲ ਕੀਤੀ ਅਤੇ ਨਾਲ ਹੀ ਦੱਸਿਆ ਕਿ ਉਹਨਾਂ ਦੇ ਪਿਤਾ ਜੋਗਿੰਦਰ ਸਿੰਘ ਜਿਸ ਦਾ ਮੁਹਿੰਮ ਪੰਜਾਬ ਰੈਫਰੈਂਡਮ 2020 ਦੇ ਨਾਲ ਕੋਈ ਵੀ ਵਾਸਤਾ ਨਹੀਂ ਹੈ। ਸਾਲ 2019 ਵਿੱਚ ਰੈਫਰੈਂਡਮ ਮੁਹਿੰਮ ਚਲਾਉਣ ਵਾਲਿਆਂ ਦੇ ਕੁਝ ਨੁਮਾਇੰਦੇ ਇਟਲੀ ਵਿਖੇ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਲੋਨੇ ਵਿਖੇ ਆਏ ਸਨ ਅਤੇ ਉਹਨਾਂ ਗੁਰੂ ਘਰਾਂ ਵਿਖੇ ਪਹੁੰਚਣ ਤੇ ਲੋਨੇ ਦੀ ਗੁਰੂ ਘਰਾਂ ਦੀ ਕਮੇਟੀ ਵੱਲੋਂ ਗੁਰੂ ਘਰ ਦੀ ਸਟੇਜ ਤੋਂ ਜੋਗਿੰਦਰ ਸਿੰਘ ਨੇ ਸਰੋਪਾ ਪਾਇਆ ਸੀ ਅਤੇ ਫਿਰ ਉਹ ਇੱਕ ਵਾਰ ਜਨੇਵਾ ਵਿਖੇ ਉਹਨਾਂ ਦੀ ਰੈਲੀ ਤੇ ਹੋਰਾਂ ਸੰਗਤਾਂ ਦੇ ਨਾਲ ਗਏ ਸੀ। ਉਸ ਦੇ ਸਪੁੱਤਰ ਨੇ ਦੱਸਿਆ ਕਿ ਜੋਗਿੰਦਰ ਸਿੰਘ ਕੁਝ ਬਹੁਤਾ ਪੜ੍ਹਿਆ ਲਿਖਿਆ ਵੀ ਨਹੀਂ ਹੈ ਅਤੇ ਉਸ ਦੀ ਉਮਰ 65 ਸਾਲ ਦੀ ਹੈ। ਉਹ ਹਾਰਟ ਦਾ ਵੀ ਮਰੀਜ਼ ਹੈ ਅਤੇ ਹਾਰਟ ਸਰਜਰੀ ਵੀ ਹੋਈ ਹੋਈ ਹੈ। ਉਸ ਦਾ ਕਿਸੇ ਵੀ ਰੈਫਰੈਂਡਮ ਜਾਂ ਭਾਰਤ ਵਿਰੋਧੀ ਕਿਸੇ ਵੀ ਸੰਸਥਾ ਜਾਂ ਗਤੀਵਿਧੀ ਨਾਲ ਕੋਈ ਵੀ ਸਰੋਕਾਰ ਨਹੀਂ ਹੈ। ਇਟਲੀ ਦੇ 5 ਗੁਰੂ ਘਰਾਂ ਦੀਆਂ ਕਮੇਟੀਆਂ ਨੇ ਵੀ ਜੋਗਿੰਦਰ ਸਿੰਘ ਬਾਰੇ ਭਾਰਤੀ ਕੌਂਸਲ ਜਨਰਲ ਸਾਹਿਬ ਮਿਲਾਨ ਨੂੰ ਦੱਸਿਆ ਕਿ ਜੋਗਿੰਦਰ ਸਿੰਘ ਬਹੁਤ ਹੀ ਸ਼ਰੀਫ ਅਤੇ ਸਾਊ ਬੰਦਾ ਹੈ। ਉਸ ਦਾ ਕਿਸੇ ਵੀ ਭਾਰਤ ਵਿਰੋਧੀ ਗਤੀਵਿਧੀ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਜੇਕਰ ਜਾਣੇ ਅਣਜਾਣੇ ਵਿੱਚ ਉਸ ਕੋਲੋਂ ਕੋਈ ਗਲਤੀ ਹੋਈ ਹੈ ਤਾਂ ਉਸ ਨੂੰ ਜ਼ਰੂਰ ਮਾਫ਼ ਕਰਕੇ ਰਿਹਾਅ ਕੀਤਾ ਜਾਵੇ। ਉਸ ਦੀ ਸ਼ਰਾਫਤ ਬਾਰੇ ਸਾਰੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਗਵਾਹੀ ਭਰਦੀਆਂ ਨੇ। 5 ਗੁਰੂ ਘਰਾਂ ਦੀਆਂ ਕਮੇਟੀਆਂ ਨੇ ਆਪਣੇ ਆਪਣੇ ਗੁਰੂ ਘਰਾਂ ਦੀਆਂ ਲੈਟਰ ਪੈਡਾਂ 'ਤੇ ਲਿਖਤੀ ਤੌਰ 'ਤੇ ਜੋਗਿੰਦਰ ਸਿੰਘ ਦੀ ਰਿਹਾਈ ਲਈ ਮੰਗ ਪੱਤਰ ਐਮਬੈਸੀ ਅਧਿਕਾਰੀਆਂ ਨੂੰ ਦਿੱਤਾ। ਇਸ ਤੋਂ ਇਲਾਵਾ ਪ੍ਰਬੰਧਕ ਕਮੇਟੀਆਂ ਨੇ ਹੋਰ ਵੀ ਕੁਝ ਨੌਜਵਾਨ ਜਿਨ੍ਹਾਂ ਦੇ ਨਾਮ ਇਸ ਲਿਸਟ ਅਧੀਨ ਭਾਰਤ ਸਰਕਾਰ ਕੋਲ ਆਏ ਹਨ ਉਹਨਾਂ ਨੂੰ ਵੀ ਮੁਆਫ਼ ਕਰਨ ਦੀ ਬੇਨਤੀ ਕਰਦਿਆਂ ਕਿਹਾ ਕਿ ਕਿਰਪਾ ਕਰਕੇ ਇਹਨਾਂ ਨੌਜਵਾਨਾਂ ਨੂੰ ਬਰੀ ਕੀਤਾ ਜਾਵੇ। ਉਹ ਵੀ ਅੱਗੇ ਵਾਸਤੇ ਕਦੇ ਵੀ ਭਾਰਤ ਵਿਰੋਧੀ ਕਿਸੇ ਵੀ ਸਰਗਰਮੀ ਵਿੱਚ ਹਿੱਸਾ ਨਹੀਂ ਲੈਣਗੇ। ਐਮਬੈਸੀ ਮਿਲਾਨ ਵਿਖੇ ਜੋ ਗੁਰੂ ਘਰਾਂ ਦੀਆਂ ਕਮੇਟੀਆਂ ਪੁੱਜੀਆਂ ਉਹਨਾਂ ਵਿੱਚ ਗੁਰਦੁਆਰਾ ਸਿੰਘ ਸਭਾ, ਫਲੈਰੋ ਬਰੇਸ਼ੀਆ, ਗੁਰਦੁਆਰਾ ਬਾਬਾ ਬੁੱਢਾ ਜੀ, ਕਸਤੇਂਦਲੋ ਬਰੇਸ਼ੀਆ, ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਬਰੇਸ਼ੀਆ, ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਲੋਨੇ ਬਰੇਸ਼ੀਆ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ, ਬੋਰਗੋ ਸੰਜਾਕਮੋ ਬਰੇਸ਼ੀਆ, ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਬਰੇਸ਼ੀਆ ਦੇ ਵੀ ਸੇਵਾਦਾਰ ਪੁੱਜੇ ਜਿਨ੍ਹਾਂ ਨੇ ਐਮਬੈਸੀ ਅਧਿਕਾਰੀਆਂ ਨੂੰ ਜੋਗਿੰਦਰ ਸਿੰਘ ਗੁੱਜਰ ਦੀ ਰਿਹਾਈ ਦੀ ਅਪੀਲ ਕੀਤੀ ਅਤੇ ਮੰਗ ਪੱਤਰ ਕੌਂਸਲ ਜਨਰਲ ਮਿਲਾਨ ਨੂੰ ਸੌਂਪਿਆ ਅਤੇ ਨਾਲ ਹੀ ਇਹਨਾਂ ਕਮੇਟੀਆਂ ਦੇ ਪ੍ਰਬੰਧਕਾਂ ਨੇ ਰੈਫਰੈਂਡਮ 2020 ਵਾਲਿਆਂ ਦਾ ਸਾਥ ਨਾ ਦੇਣ ਦਾ ਵੀ ਭਰੋਸਾ ਜਿਤਾਇਆ ਅਤੇ ਕਿਹਾ ਕਿ ਉਹਨਾਂ ਨਾਲ ਅੱਗੇ ਵਾਸਤੇ ਕੋਈ ਵੀ ਸੰਬੰਧ ਨਹੀਂ ਰੱਖਾਂਗੇ। ਐਮਬੈਸੀ ਅਧਿਕਾਰੀਆਂ ਵੱਲੋਂ ਉਹਨਾਂ ਦਾ ਮੰਗ ਪੱਤਰ ਭਾਰਤ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਵਾਇਆ ਗਿਆ। ਬਿਊਰੋ ਰਿਪੋਰਟ, ਆਵਾਜ਼ੀ ਕੌਮ ਟੀਵੀ।